ਬਠਿੰਡਾ ਦੇ ਮਤੀਦਾਸ ਨਗਰ ਚ 6 ਸਾਲ ਦੇ ਬੱਚੇ ਦਾ ਉਸਦੀ ਮਾਂ ਨੇ ਹੀ ਕਿਰਚ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਦੇ ਅਨੁਸਾਰ ਮ੍ਰਿਤਕ ਬੱਚਾ ਹਰਕੀਰਤ ਸਿੰਘ ਹੈਰੀ 6 ਸਾਲ, ਜਿਸਦੀ ਮਾਂ ਰਾਜਵੀਰ ਕੌਰ ਸਵੇਰੇ ਉਸਨੂੰ ਬਾਥਰੂਮ ਚ ਨਵਾ ਰਹੀ ਸੀ, ਉਸੇ ਦੌਰਾਨ ਉਸਨੇ ਉਸਦਾ ਕਿਰਚ ਮਾਰ ਕੇ ਕਤਲ ਕਰ ਦਿੱਤਾ। ਮੌਕੇ ਤੇ ਪਹੁੰਚੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹ ਜਾਂਚ ਕਰ ਰਹੇ ਨੇ ਅਤੇ ਪੁੱਛਗਿੱਛ ਕਰਨਗੇ ਕਿ ਆਖਿਰ ਮਾਂ ਨੇ ਇਸ ਵਾਰਦਾਤ ਨੂੰ ਅੰਜਾਮ ਕਿਉਂ ਦਿੱਤਾ ਹੈ। ਅਤੇ ਮਤੀਦਾਸ ਨਗਰ ਗਲੀ ਨੰਬਰ 18 ਦੇ ਵਿੱਚ ਕਿਸੇ ਬੱਚੇ ਦਾ ਮਰਡਰ ਹੋਇਆ, ਜਿਹਦੀ ਜਾਣਕਾਰੀ ਲਈ ਅਸੀਂ ਤਫਤੀਸ਼ ਲਈ ਇੱਥੇ ਮੌਕੇ 'ਤੇ ਆਏ ਹਾਂ। ਉੱਥੇ ਆ ਕੇ ਪਤਾ ਲੱਗਿਆ ਕਿ ਹਰਕੀਰਤ ਸਿੰਘ ਹੈਵੀ 5-6 ਸਾਲ ਦਾ ਬੱਚਾ ਹੈ, ਇਹ ਸਨ ਆਫ ਪਰਮਿੰਦਰ ਸਿੰਘ ਹੈ, ਗਲੀ ਨੰਬਰ 18 ਮਤੀਦਾਸ ਨਗਰ। ਇਹ ਪਹਿਲੀ ਕਲਾਸ 'ਚ ਪੜ੍ਹਦਾ ਸੀ ਲਾਰਡ ਰਾਮਾਕ੍ਰਿਸ਼ਨਾ ਸਕੂਲ ਦੇ ਵਿੱਚ। ਪਹਿਲੀ ਨਜ਼ਰ ਇਹ ਲੱਗਦਾ ਕਿ ਇਹਦੀ ਮਦਰ ਨੇ ਹੀ ਇਹਨੂੰ ਨਹਾਉਣ ਲੱਗੇ ਬੱਚੇ ਦਾ ਕਿਰਚ ਮਾਰ ਕੇ, ਮਤਲਬ ਮਲਟੀਪਲ ਇੰਜਰੀਜ਼ ਨੇ। ਕਿਰਚ ਘਰ ਦੇ ਵਿੱਚ ਹੀ ਕਿਰਚ ਪਈ ਸੀ, ਸੜਨ ਲਈ ਸ਼ਾਇਦ ਕਿਸੇ ਅਜੋ ਵਜ੍ਹਾ ਅਸੀਂ ਪਤਾ ਕਰ ਰਹੇ ਹਾਂ, ਅਤੇ ਕਿਰਚ ਦੇ ਨਾਲ ਆਪਣੇ ਬੇਟੇ ਦੀ ਮਰਡਰ ਕੀਤਾ। ਬਠਿੰਡਾ ਤੋਂ ਨਰੇਸ਼ ਸ਼ਰਮਾ ਦੀ ਰਿਪੋਰਟ, ਚੈਨਲ 2।